ਸਾਰਿਆਂ ਦੀ ਸ਼ਫਾ ਵਾਸਤੇ ਸਲਵਾਤ ਪੜੋ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਰਿਜ਼ਕ ਇਸ ਵਕਤ ਵਾਸਤੇ ਪਾਕਾਂ ਦੀ ਜ਼ਾਤ ਤੇ ਅੱਖਾਂ ਬੰਦ ਕਰਕੇ ਸਲਵਾਤ ਪੜੋ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਉਹ ਜਗ੍ਹਾ ਜੰਨਤ ਤੋਂ ਘੱਟ ਨਹੀਂ ਹੁੰਦੀ ਬਲਕਿ ਜੰਨਤ ਹੁੰਦੀ ਜਿੱਥੇ ਮਾਸੂਮੀਨ ਦਾ ਜ਼ਿਕਰ ਪਾਕ ਬੇਸ਼ੱਕ ਬੇਸ਼ੱਕ ਜੀ ਬੇਸ਼ੱਕ ਰਹਿਣ ਰਜ਼ਾ ਬਿਸਮਿਲ੍ਲਾ ਜੀ ਜਾਰ ਸਾਹਿਬ ਬਿਸਮਿਲ੍ਲਾ ਕਿ ਪਾਕਾਂ ਦਾ ਜ਼ਿਕਰ ਨਾ ਬੰਦਿਆਂ ਦਾ ਮੁਹਤਾਜ ਨਾ ਪੜ੍ਹਨ ਵਾਲੇ ਦਾ ਮੁਹਤਾਜ ਬੇਸ਼ੱਕ ਨਾ ਆਵਾਜ਼ ਦਾ ਮੁਹਤਾਜ ਬੇਸ਼ੱਕ ਜ਼ਿਕਰ ਕਿਸੇ ਚੀਜ਼ ਦਾ ਮੁਹਤਾਜ ਬੇਸ਼ੱਕ ਇਸ ਵਾਸਤੇ ਬਿਲਾਲ ਕਾਜ਼ਮੀ ਸਾਹਿਬ ਦੇ ਚਾਰ ਮਿਸਰੇ ਮੇਰੇ ਮੇਰੇ ਉਸਤਾਦ ਮੁਹਤਰਮ ਕਿ ਜ਼ਿਕਰ ਹੈਦਰ ਸਭੀ ਚਿਹਰੋਂ ਕੋ ਨਿਸ਼ਾਨ ਦੇਤਾ ਹੈ ਤੁਹਾਡੇ ਚਿਹਰੇ ਖਿਲ ਗਏ ਨੇ ਤੇ ਮੇਰੇ ਜ਼ਿਹਨ ਚ ਚਾਰ ਮਿਸਰੇ ਆ ਗਏ ਨੇ ਬਿਸਮਿਲ੍ਲਾ ਤੁਹਾਡੇ ਚਿਹਰੇ ਖਿਲੇ ਨੇ ਕਿ ਜ਼ਿਕਰ ਹੈਦਰ ਸਭੀ ਚਿਹਰੋਂ ਕੋ ਨਿਸ਼ਾਨ ਦੇਤਾ ਹੈ ਫਰਦੇ ਸਾਨੀ ਤੇ ਗੌਰ ਕਰੀ ਦੂਸਰੇ ਬਿਸਮਿਲ੍ਲਾ ਇਹ ਜ਼ਿਕਰ ਹੈਦਰ ਸਭੀ ਚਿਹਰੋਂ ਕੋ ਨਿਸ਼ਾਨ ਦੇਤਾ ਹੈ ਨੈਗੇਟਿਵ ਪੁਆਇੰਟ ਹੈ ਨੂਰ ਮੋਮਿਨ ਕੋ ਮੁਨਾਫਿਕ ਕੋ ਧੂਆਂ ਦੇਤਾ ਨਾਰਾ ਹੈਦਰੀ अरे नूर मोमिन को मुनाफिक को धुआं देता है एक दे रहे हैं एक सलाह दे रहे हैं एक मत दे रहे हैं कि अपने लब संगे दरे शाह पे मलते रहिए क्यों ये वो पत्थर है जो गूंगे को जबान देता है सुभान अल्लाह सलामत रहो जी सलामत रहो एक अपनी मर्जी ना मुर्शिद ने जो मजमा क्योंकि मजमा पढ़ाता है जाकर पढ़ता क्योंकि आप जाकर अपनी मर्जी नहीं पढ़ता मजमा जो पढ़ाते हैं तो उसका दिल जड़ा ना मदद है बीमारी ना नहीं मोहब्बत ना एक अनोखा जहा मौजू है मेरा मौजू है शाने मादरे मुर्तदा इस मौजू की इब्तदा ਇਹਦੇ ਤੇ ਲਿਖਣਾ ਇੱਥੇ ਆਖਣਾ ਕਸੀਦਾ ਲਿਖਣਾ ਹੁੰਦਾ ਹੈ ਲਿਖਣਾ ਨਹੀਂ ਹੁੰਦਾ ਆਖਣਾ ਹੁੰਦਾ ਕਹਿਣਾ ਹੁੰਦਾ ਮੇਰੇ ਉਸਤਾਦ ਮੁਹਤਰਮ ਆਲਾ ਮਕਾਮ ਹੋ ਨੂਰ ਮਰਕਤ ਪੀਰ ਸ਼ਫਕਤ ਬੋਸਨ ਕਾਜ਼ਮੀ ਸਾਹਿਬ ਜੀ ਬਿਸਮਿਲ੍ਲਾ ਇਸ ਮੌਜੂ ਨੂੰ ਮਿੰਬਰ ਤੇ ਜ਼ਿਆਦਾ ਉਜਾਗਰ ਕੀਤਾ ਬਿਸਮਿਲ੍ਲਾ ਕਿ ਮਾਦਰੇ ਮੁਰਤਜ਼ਾ ਜਦੋਂ ਆਪਣੇ ਘਰ ਚੋਂ ਨਿਕਲੇ ਨਜ਼ਾਰੀ ਗੱਲ ਇਹ ਅੱਲਾ ਨੇ ਕਿਹਾ ਕਿ ਮੇਰੇ ਇੱਕ ਬਲੀ ਦੀ ਮਾਂ ਹੈ ਜੀ ਉਹਦੇ ਤੇ ਖੁਦਾ ਦੀ ਮਾਂ ਹੈ ਪ੍ਰੋਟੋਕੋਲ ਤੇ ਦੇਣਾ ਹਾਂ ਜੀ ਪੂਰਾ ਪ੍ਰੋਟੋਕੋਲ ਹੈ ਉਹ ਮੈਂ ਚੰਦ ਮਿਸਰਾਂ ਦੇ ਨਜ਼ਰ ਸ਼ਕਲ ਚ ਤੁਹਾਡੀ ਨਜ਼ਰ ਕਰ ਰਿਹਾ ਕਿ ਬਿੰਤੇ ਅਸਦ ਕਾ ਜਾਨਬੇ ਕਾਬਾ ਕਦਮ ਬੜਾ ਬੀਬੀ ਜਦੋਂ ਘਰੋਂ ਨਿਕਲੇ ਨਾ ਤੇ ਕਾਬੇ ਦੀ ਤਰਫ ਆ ਰਹੇ ਜੀ ਬਿੰਤੇ ਅਸਦ ਕਾ ਜਾਨਬੇ ਕਾਬਾ ਕਦਮ ਬੜਾ ਅਬ ਹੋਇਆ ਕਿ ਤਾਰੋਂ ਕੇ ਸਾਥ ਚਾਂਦ ਵੀ ਕਦਮੋਂ ਮੇਂ ਗਿਰ ਪੜਾ ਅਰੇ ਵਾਹ 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 ਕੀ ਕਹਿੰਦੇ ਤਾਰੋਂ ਕੇ ਸਾਥ ਚਾਂਦ ਵੀ ਕਦਮੋਂ ਮੇਂ ਗਿਰ ਪੜਾ ਕੋ ਕਿਉਂ ਹੈ ਔਰ ਨਜ਼ਰੇ ਝੁਕਾਏ ਰਾਹ ਹਮੇ ਯੂਸਫ ਵੀ ਹੈ ਖੜਾ ਹੱਥ ਬੰਨ ਕੇ ਖਲੋਤੇ ਸੋਹਣਿਆਂ ਦਾ ਸੁਲਤਾਨ ਸੁਭਾਨ ਭਾਈ ਸੋਹਣਿਆਂ ਦਾ ਸੁਲਤਾਨ ਬਿਸਮਿਲ੍ਲਾ ਬਿੰਤੇ ਅਸਦ ਕਾ ਜਾਨਬੇ ਕਾਬਾ ਕਦਮ ਪੜਾ ਜੀ ਅਰੇ ਤਾਰੋਂ ਕੇ ਸਾਥ ਚਾਂਦ ਵੀ ਕਦਮੋਂ ਮੇਂ ਗਿਰ ਪੜਾ ਔਰ ਨਜ਼ਰੇ ਝੁਕਾਏ ਰਾਹ ਹਮੇ ਯੂਸਫ ਵੀ ਹੈ ਖੜਾ ਔਰ ਅੱਲਾ ਕੇ ਘਰ ਕੋ ਆਜ ਅਜਬ ਰੂਪ ਹੈ ਚੜਾ ਅੱਲਾ ਕੇ ਘਰ ਕੋ ਆਜ ਅਜਬ ਰੂਪ ਹੈ ਚੜਾ ਲਓ ਜੀ ਇੱਕ ਐਸਾ ਜੁਮਲਾ ਇੱਕ ਐਸਾ ਫਿਕਰਾ ਜਿਹੜਾ ਹਰ ਮੂਮਨ ਦੇ ਦਿਲ ਦੀ ਪਹਿਚਾਣ ਹੈ ਉਹਦੇ ਮੂਮਨ ਹੋਣ ਦੀ ਨਿਸ਼ਾਨੀ ਉਹ ਕੀ ਹੈ ਜੀ ਬਿੰਤੇ ਅਸਦ ਕਾ ਜਾਨਬੇ ਕਾਬਾ ਕਦਮ ਬੜਾ ਬਿਸਮਿਲ੍ਲਾ ਅਰੇ ਤਾਰੋਂ ਕੇ ਸਾਥ ਚਾਂਦ ਵੀ ਕਦਮੋਂ ਮੇਂ ਗਿਰ ਪੜਾ ਬਿਸਮਿਲ੍ਲਾ ਅਰੇ ਨਜ਼ਰੇ ਝੁਕਾਏ ਰਾਹ ਹਮੇ ਯੂਸਫ ਵੀ ਹੈ ਖੜਾ ਬੇਸ਼ੱਕ ਅੱਲਾ ਕੇ ਘਰ ਕੋ ਆਜ ਅਜਬ ਰੂਪ ਹੈ ਚੜਾ ਹਾਂ ਜਨਾਬ ਗੌਰ ਕਰਿਆ ਜੀ ਉਹ ਆਈ ਕਰੀ ਹਰਮ ਕੇ ਵੇ ਕਰੀ ਕਰੀਬ ਆਈ ਕਰੀ ਹਰਮ ਕੇ ਜੂ ਹੀ ਮਾਦਰੇ ਅਸਦ ਕਾਬੇ ਨੇ ਮੁਸਕੁਰਾ ਕੇ ਕਹਾ ਯਾ ਅਲੀ ਸੁਭਾਨ ਅੱਲਾ ਸੁਭਾਨ ਅੱਲਾ ਜੀਓ ਜੀਓ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸਲਾਮਤ ਬਹੁਤ ਅੱਛਾ ਬੈਰ ਸਲਾਮਤ ਰਹੋ ਜਿਹੜਾ ਮੇਰੇ ਉਸਤਾਦਾਂ ਤੋਂ ਬਾਅਦ ਕਿਸੇ ਹੋਰ ਬੈਰ ਪੜ੍ਹਿਆ ਨਹੀਂ ਪੜ੍ਹ ਸਕਦੇ ਨੇ ਕੋਈ ਮੁਸ਼ਕਲ ਨਹੀਂ ਬਾਕੀ ਪੜ੍ਹਿਆ ਨਹੀਂ ਕਿਸੇ ਬਿਸਮਿਲ੍ਲਾ ਬਿਸਮਿਲ੍ਲਾ ਉਹ ਮੇਰੇ ਉਸਤਾਦਾਂ ਦੀ ਕਲਮ ਦਾ ਲਿਖਿਆ ਜੀ ਬਿਸਮਿਲ੍ਲਾ ਤੇ ਤੁਹਾਡੀ ਇਜਾਜ਼ਤ ਹੋਵੇ ਤੇ ਬਿਸਮਿਲ੍ਲਾ ਦੋ ਸ਼ੇਰ ਬਿਸਮਿਲ੍ਲਾ ਜੀ ਬਿਸਮਿਲ੍ਲਾ 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 ਜ਼ਰਾ ਆਵਾਜ਼ ਥੋੜਾ ਜਿਹਾ ਥੱਕਿਆ ਕੋਈ ਗੱਲ ਤੇ ਬਿਸਮਿਲ੍ਲਾ ਬਿਸਮਿਲ੍ਲਾ ਇਜਾਜ਼ਤ ਤੇ ਪੜ੍ਹੀ ਜੀ ਕਿਸੇ ਦਾ ਬਿਸਮਿਲ੍ਲਾ ਜੀ ਮੁਰਸ਼ਦ ਬਿਸਮਿਲ੍ਲਾ ਫੈਨ ਸਾਹਿਬ ਮਾਸ਼ਾਅੱਲਾ ਤੁਸੀਂ ਬੜੀ ਅੱਛੀ ਤੁਸੀਂ ਮਾਲਕ ਤੁਹਾਡਾ ਜ਼ਿਕਰ ਬਖਸ਼ੇ ਤੁਹਾਡੇ ਇਸ ਲਹਿਨੇ ਦਾਉਦੀ ਜਿਹੜਾ ਤੁਸੀਂ ਪੇਸ਼ ਕੀਤਾ ਇਹਦੇ ਚ ਇਜ਼ਾਫਾ ਫਰਮਾਏ ਇਲਾਹੀ ਆਮੀਨ ਲਓ ਜੀ ਲਫ਼ਜ਼ ਤੇ ਫਾਤਮਾ ਇਸਮਾਲ ਹੈ ਬਿੰਤੇ ਸਦ ਫਾਤਮਾ ਬਿੰਤੇ ਮੈਂ ਇੱਥੇ ਲਫ਼ਜ਼ ਕੀਤਾ ਸੈਯਦਾ ਜੀ ਬਿਸਮਿਲ੍ਲਾ ਵਜ਼ਨ ਹੋਈ ਵਾਹ 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 ਤੇ
दुआ करो मैं मौला रहमत सैयदा बिन ते असद जब कभी उनवान आए सैयदा बिन ते असद सुभान अल्लाह जब कभी उनवान आए होवे की सैयदा बिन ते असद महफल दा स्टाइल अंग प्रेजेंटेशन हो रही है हो रही है मेंबर के मेंबर ते मेंबर ते पढ़ने ते के सारे तो आड़े आते साहिब फन या साहिब जौक नहीं बैठे होंगे तो साहिब जौक हो मोहम्मद वाले मोहम्मद की पाक जाल ने तुहाडे ज़हन दे विच लाह ने दौरी दे इस पक्के दा फन दी मोहब्बत तखलीक फरमाई सुभान अल्लाह मैं उस मोहब्बत नु छेड़न दी काबिज कर सलामत हो वाह सैयदा ते सुभान अल्लाह जब कभी उनवान आए होवे की मेरी सोचों में हर एक संत से असद जब कभी उनवान आए जियो मेरी सोचों में हर एक संत से कुरान आए अगे की मेरे अफकार ने परवाज को वंगड़ाई मेरे अफक मेरिया सोचा ने मेरिया फिक्र ने मेरे अफकार ने परवाज को वंगड़ाई ली होया की गो बुलंदी पे गए लौट के हैरान जियो फातिमा बिनते असद सुभान अल्लाह जियो मैं खकीर गुलाम कंबर मेरी की जरूरत मैं शान मादरे मुर्तजा बयान सुभान अल्लाह सुभान अल्लाह सुभान अल्लाह सलामत रहो सुभान अल्लाह पढ़ने तो शेर करना सर साहब सलामत रहो जाकर भी बिस्मिल्लाह किससे मुमकिन है करे जिक्र हमीदा तेरा एक लफ्ज़ है जरीदा जरीदा मैंने पर्चा मैगजीन ठीक है इथे मुराद है कुराने पाक बिल्कुल सुनाइए शायर की आखिर है किससे मुमकिन है करे जिक्र हमीदा तेरा केड़ी गल घर से खालिक के निकलता है जरीदा तेरा हाँ कर एक कौन वो लफ्ज़ जरा सरकार ने फरमाया ते दुनिया खलक हो गई हाँ अगर कुन के तसर्रुफ का मुझे इज्न मिले ऐन मुमकिन है के हो जाए कसी दाते होवे की मशीयत या मेरे हाथ मशीयत का कलम दान आए अल्लाह की मर्जी मेरे हाथ है तेजा होवे की या मेरे साथ खुदा बन के सना खान जेत रखना कि शाने मादरे मुर्तजा मौजूद केड़ी केड़ी शह चुक रही है कुर्सियो लोह कलम हर्षे बरी झुकते हैं अगे करके खम नाज से सब अपनी जबी झुकते हैं अगली केड़ी गल है जिस जगह नक्श हुए हैं तेरे कदमों के निशान सैयदा सारे जमा ने भी वही झुकते हैं अगली केड़ी गल पैरां दे निशान बोल रहे ने बिस्मिल्लाह नक्श पा तेरे करते हुए ऐलान आए वाह 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 नक्श पा तेरे करते हुए ऐलान आए केड़ा हम तो काबा को भी करने को मुसल माना सुभान अल्लाह सुभान अल्लाह सलामत रहो जाकर साहब सुभान अल्लाह सुभान